ਬਿਸਮਿਲ੍ਲਾਹਿਰਰਹਮਾਨਿਰਰਹੀਮ ਅਸਲਾਮ ਅਲੈਕੁਮ ਸਾਰੇ ਭੈਣ ਭਾਈਆਂ ਨੂੰ ਅੱਲਾਹ ਖੁਸ਼ ਰੱਖੇ, ਆਬਾਦ ਰੱਖੇ, ਚੈਨਲ ਸਬਸਕ੍ਰਾਈਬ ਲਿਓ ਤਾਂ ਖੈਰ ਵੀਡੀਓ ਬਰ ਵਕਤ ਤੁਹਾਨੂੰ ਮਿਲ ਸਕੇ। ਮੈਂ ਤਾਂ ਜੀ ਨਾਇਆ ਤਰ੍ਹਾਂ ਸਵੇਰੇ ਸਵੇਰੇ ਫੁੱਲ ਤੋੜ ਲਿਆ ਅਤੇ ਅਨਾਇਆ ਅਤੇ ਅੰਮੀ ਜੀ ਦੇ ਪੇੜ ਦੇ ਉੱਪਰ ਬੈਠ ਕੇ ਕਹੀ ਜਾਂਦੀ ਆ, ਮਾਮੂ ਮੈਂ ਫੂਲ ਲੈਣਾ, ਅਲੀ ਨੇ ਤਾਂ ਤੋੜ ਕੇ ਦਿੱਤਾ ਸੀ, ਮੈਂ ਵੀ ਪੁੱਪੋ ਮੈਂ ਫੂਲ ਲੈਣਾ ਅਤੇ ਗੱਲ ਕੀਤੀ ਅੰਮੀ ਜੀ ਨਾਲ ਅਤੇ ਅੱਜ ਮਿਲਾਦ ਆ ਭਾਈ ਅਸਲਮ ਘਰ ਅਤੇ ਸਾਰੇ ਕੰਮ ਕਰ ਲਏ, ਨਾਸ਼ਤਾ ਕਰਕੇ ਬਰਤਨ ਬੁਰਤਨ ਧੋ ਲਿਆ, ਦੁੱਧ ਲਿਆ ਕੇ ਰੱਖ ਲਿਆ। ਹੁਣ ਮੈਂ ਲੱਗੀ ਹਾਂ ਆਪਣੇ ਕੱਪੜੇ ਕੱਢਣ, ਤਿਆਰੀ ਕਰਨ। ਅਲੀ ਦੇ ਇਸਤਰੀ ਕੀਤੇ ਪਏ, ਜਿਹੜਾ ਪਾਉਣਾ ਹੋਇਆ ਪਾ ਲੈਣਗੇ ਆਪੇ, ਅਤੇ ਬਾਈ ਫਿਆਜ਼ ਦੇ ਵੀ ਇਸਤਰੀ ਕੀਤੇ ਪਏ, ਜਿਹੜਾ ਜਿਹੜਾ ਕਿਸੇ ਨੇ ਪਾਉਣਾ ਹੋਇਆ ਪਾ ਦਿਓ। ਮੈਂ ਲੱਗੀ ਆਪਣੇ ਕੱਢ ਕੇ ਕੱਪੜੇ ਤਿਆਰੀ ਕਰਨ ਅਤੇ ਚਲੋ ਚਲੀਏ ਮਿਲਾਦ 'ਤੇ ਮਾਸ਼ਾ ਅੱਲਾਹ। ਫਿਰ ਸਵੇਰੇ ਫਿਰ ਜੀ ਅਸੀਂ ਆਪਣੇ ਫੁੱਲਾਂ 'ਚ ਸ਼ੁਰੂ ਕਰ ਲੈਂਦੇ ਵੀਡੀਓ। ਚੰਗਾ ਹੈ ਨਾ, ਇਹਦਾ ਕੀ ਨਾਮ ਸੀ? ਬਲੈਕ ਸੀ, ਲੈਜਿਸਟੋਨੀਆ। ਹਾਂ ਇਹ ਪਾ ਲੈ, ਇੱਕ ਹੀ ਹੈਂਗਰ ਹੈਂਗਰ ਦਾ ਨਾ ਬੇੜਾ ਗਰਕ ਕਰੀ। ਮੇਰਾ ਸਫੈਦ ਕੱਢ ਦੇ, ਅਤੇ ਹੋਰ ਕਿਹੜਾ ਕੱਢਣੀ, ਇਹ ਅਗਲਾ ਹੀ ਕੱਢ ਲੈ। ਮੈਂ ਨਾ ਤਿਆਰੀ ਕਰ ਲਈ ਆ, ਮੇਰੇ ਨਾ ਇੱਕ ਮੂੰਹ ਤੇ ਅਲਫਾਜ਼ ਬਾਨ ਤੇ ਚੜਿਆ ਹੋਇਆ ਵਾ। ਅੱਛਾ ਜੀ, ਵੀਡੀਓ ਜਿੱਦਾਂ ਵੀ ਸ਼ੁਰੂ ਕਰਨੀ, ਅਲੀ ਨੇ ਸੂਬਾ ਦੇ ਕੋਈ 10 ਕਲਿੱਪ ਕੱਟੇ ਆ, ਮੇਰੇ ਮੂੰਹ ਚ ਨਿਕਲਦਾ ਅੱਛਾ ਜੀ ਮੈਂ ਤਿਆਰੀ ਕਰ ਲਈ ਆ, ਤੇ ਅਲੀ ਨੇ ਨਾ ਫਿਰ ਕਲਿੱਪ ਕੱਟ ਦਿੰਦੇ ਆ। ਹੁਣ ਮੈਂ ਨਾ ਅਲੀ ਤੇਰੀ ਆਦਤ ਖਤਮ ਕਰਨੀ। ਇਹ ਮੈਂ ਮਿੱਠੇ ਤੋੜਨ ਗਈ ਸੀ ਨਾ, ਉੱਥੇ ਪੱਠੇ ਸੀ ਉਹ ਲੱਗ ਗਏ। ਮੈਂ ਜੀ ਨਵਾਂ ਸੂਟ ਜਿਹੜਾ ਮੈਨੂੰ ਮਿਲ ਲੱਗਦਾ ਸੀ ਉਹ ਮੈਂ ਅੰਮੀ ਜੀ ਨਾਲ ਦੇਖਿਆ, ਉਹਨਾਂ ਅੰਮੀ ਜੀ ਦੀ ਵੀਡੀਓ, ਮੈਂ ਨਾ ਉਹ ਮਿੱਠੇ ਤੋੜਨ ਗਈ ਸੀ ਉੱਥੇ ਜੰਤਰ ਤੇ ਮੈਨੂੰ ਕੀ ਪਤਾ ਸੀ ਜੰਤਰ ਦੇ ਦਾਗ ਲੱਗਦੇ ਆ। ਮੈਂ ਹੁਣ ਤੈਨੂੰ ਕੈਮਰੇ 'ਚ ਕੀ ਆਖਾਂ, ਕੁਛ ਵੀ ਨਹੀਂ ਆ ਕੇ, ਕੋਈ ਗੱਲ ਨਹੀਂ, ਮੇਰਾ ਨਵੀਂ ਆਉਂਦੇ ਹੀ ਆ, ਕੋਈ ਗੱਲ ਨਹੀਂ, ਤੇ ਇਹਨਾਂ ਨੂੰ ਅੱਗ ਲਾ ਕੇ ਕਿਉਂ ਲਾਵਾਂ। ਅੱਜ ਜੀ ਮੈਂ ਚੱਲੀ ਆ ਭਾਜੀ, ਅੱਜ ਪੋਲੂਸ਼ਨ ਨਹੀਂ ਵੱਢਿਆ ਭਾਜੀ ਨੇ, ਸਾਰਾ ਜਿਹੜਾ ਨਾ ਬਾਜਰਾ ਹੀ ਵੱਢ ਲਿਆ ਵਾ, ਤੇ ਵਾਵਾ ਦੇਰ ਭਾਜੀ ਲੱਗੇ ਰਹੇ, ਨਾਲ ਕੱਖ ਵੀ ਲੱਗੇ ਸੀ, ਮਿਲਾ ਤੇ ਜਾਣਾ ਕਰਕੇ। ਅਸਲਾਮ ਅਲੈਕੁਮ ਵੀਰੇ, ਠੀਕ ਹੈ ਵੀਰੇ? ਅੱਛਾ ਜੀ ਚਾਵਲਾਂ ਦਾ ਚਾਵਲ ਭਾਈ ਕਹਿੰਦੇ ਰਾਤੇ ਦੇ ਭੇਤੇ ਪਾਣੀ ਉਬਲਣਾ ਰੱਖਿਆ ਵਾ, ਚਲ ਗਏ ਅੰਦਰ। ਮੈਂ ਡਰਨਾ ਆਈ ਆ, ਮੈਂ ਕਿਹਾ ਭਾਬੀ ਨੂੰ ਜਾ ਕੇ ਨਾ ਕੋਈ ਕੰਮ ਕਰਾ ਲਾ, ਤਕਰੀਬਨ ਮੈਂ ਕੋਈ 25 ਮਿੰਟ ਪਹਿਲੇ ਆ ਗਈ ਬਾਈ ਨੇ, ਮੈਨੂੰ 9 ਵਜੇ ਦਾ ਕਿਹਾ ਸੀ ਭਾਬੀ ਅੰਦਰ ਕੰਮ ਲੱਗੇ। ਅਸਲਾਮ ਅਲੈਕੁਮ, ਹਾਂਜੀ ਠੀਕ ਠਾਕ, ਕੋਈ ਕੰਮ ਧੰਦਾ? ਨਹੀਂ ਨਹੀਂ ਕੋਈ ਨਹੀਂ ਕੰਮ। ਅੱਛਾ ਮੈਂ ਕਿਹਾ ਕਿ ਹੈ ਤੇ ਮੈਂ ਟਾਈਮ ਨਾਲ ਜਾਣਾ, ਨਹੀਂ ਨਹੀਂ ਕੰਮ ਕਰ ਲੈਨੇ ਆ ਫਿਰ। ਹਾਂ ਕੱਪੜਾ ਚੁੱਕ ਦੋ ਭਾਬੀ ਹੁਣ, ਮਾਸ਼ਾਅੱਲਾ ਮਾਸ਼ਾਅੱਲਾ, ਇਹ ਵਾਲਾ ਪੱਖਾ ਵਿਛਾ ਕੇ ਬੰਦ ਕਰ ਦਿਓ ਜੁੱਤੀ, ਮੈਂ ਇੱਥੇ ਬਾਹਰ ਲਾ ਕੇ ਜਾਂਦੀ ਹਾਂ। ਇੱਥੇ ਭਾਬੀ ਨੇ ਚਟਾਈ ਵਿਛਾ ਦਿੱਤੀ ਆ ਕਿਉਂਕਿ ਅਸੀਂ ਕਰਦੇ ਹੀ ਜੀ ਹਾਂ, ਅਤੇ ਬਾਕੀ ਜਿਹੜਾ ਨਾ ਇੱਥੇ ਸੋਫਾ, ਚੀਨੀ ਟੋਕਰੀ, ਪਾਣੀ ਦਾ ਗਲਾਸ, ਜੱਗ, ਇੱਧਰ ਸੋਫਾ, ਇਹ ਸੋਫੇ 'ਤੇ ਅੰਮਾ ਜੀ ਬਹਿ ਜਾਣਗੇ, ਅਗਰ ਮੁਸ਼ਕਲ ਹੋਏ ਤਾਂ ਭਾਬੀ ਨੇ ਪੀੜ੍ਹੀ ਵੀ ਰੱਖੀ ਹੋਈ ਆ। ਮਾਸ਼ਾਅੱਲਾ ਜ਼ਬਰਦਸਤ, ਆਹ ਭਾਬੀ ਇਸਤਰੀ ਟੇਬਲ ਨਵਾਂ ਬਣਾਇਆ, ਜ਼ਬਰਦਸਤ ਹੋ ਗਿਆ ਮਾਸ਼ਾਅੱਲਾ, ਸਾਰਾ ਕੰਮ ਜੀ ਸਹੀ ਜ਼ਬਰਦਸਤ। ਏਸੀ ਚਲਾ ਲਾਂਗੇ, ਝੱਟ ਪੱਖਾ ਬੰਦ ਕਰ ਦਾਂਗੇ, ਹਾਂ ਜਦੋਂ ਮਿਲਾਦ ਪੜਨਾ ਹੋਇਆ ਨਾ ਫਿਰ ਇਹਨੇ ਸ਼ੋਰ ਕਰਨਾ ਵਾ, ਤੇ ਫਿਰ ਆਪਾਂ ਏਸੀ ਚਲਾ ਲਾਂਗੇ। ਇਹ ਚਾਵਲ ਭੇਜ ਕੇ ਰੱਖੇ ਹੋਏ ਆ, ਪਾਣੀ ਇਤੋਂ ਜਿਹੜਾ ਨਾ ਉਤਾਰ ਦੇਣਗੇ ਕਾਫੀ ਦਫਾ ਨਾ, ਫਿਰ ਭਾਬੀ ਤੋਂ ਹਾਂ ਮੈਂ ਕਿਹਾ ਪਾਣੀ ਆਪੇ ਉਤਾਰ ਲੈਣਗੇ ਭਾਈ। ਅੱਛਾ ਇਹ ਛਿਲਕਿਆ ਸਮੇਤ ਗ੍ਰੈਂਡ ਕਰਨਾ? ਅੱਛਾ ਅੱਛਾ ਟਾਈਮ
ਦੇਖ ਲਓ ਮੈਂ ਟਾਈਮ ਨਾਲ ਆ ਗਈ ਹਾਂ, ਭਾਬੀ ਕਹਿੰਦੀ ਪਾਣੀ ਪੀ ਫਿਰ ਆਹ ਚੀਜ਼ਾਂ ਗ੍ਰੈਂਡ ਕਰਨੀਆਂ, ਫਿਰ ਮੈਂ ਚੀਜ਼ਾਂ ਗ੍ਰੈਂਡ ਕਰਕੇ ਦਿੰਦੀ ਹਾਂ। ਭਾਬੀ ਲੈ ਕੇ ਆਏ ਪਾਣੀ, ਭਾਬੀ ਕਿਹੜੀ ਲੋੜ ਸੀ ਪਾਣੀ ਦੀ? ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅੰਮਾ ਜੀ ਹੁਣੀ ਆਏ? ਹਾਂ ਜੀ ਆਏ ਨੇ। ਅੰਮਾ ਜੀ ਹੁਣੀ ਮਾਸ਼ਾਅੱਲਾ ਮਾਸ਼ਾਅੱਲਾ ਬਾਬੂ ਆ ਗਏ। ਨਾ ਜੀ ਪਹਿਲਾ ਪ੍ਰਾਹੁਣਾ ਮੈਂ ਹੀ ਹਾਂ, ਮੈਂ ਤੁਹਾਨੂੰ ਸਾਰਿਆਂ ਨੂੰ। ਦੂਸਰਾ ਪੁੱਫੋ ਨਹੀਂ, ਮੈਂ ਆਈ, ਮੈਂ ਕਿਹਾ ਭਾਬੀ ਨਾਲ ਕੋਈ ਕੰਮ ਧੰਦਾ ਕਰਾਵਾਂ, ਇਕੱਲੀ ਆ ਨਾ ਟਾਈਮ ਨਾਲ। ਹਲੇ ਤਾਂ ਬਾਈ ਫਿਆਸ ਮੈਂ ਇਹਨਾਂ ਨੇ ਕਿਹਾ ਆਜੋ, ਅਲੀ ਨੇ ਵੀ ਕਹਿੰਦੇ ਬੁੜੀਆਂ ਦਾ ਮਿਲਾ ਦੱਸ ਕੀ ਕਰਨਾ ਜਾ ਕੇ। ਹਾਂਜੀ ਤੁਸੀਂ ਸੂਰੇ ਯਾਸੀ ਨਾ ਪੜੋ, ਮੈਂ ਭਾਬੀ ਨਾਲ ਕੰਮ ਕਰਾ ਕੇ ਫਿਰ ਪੜ੍ਹਦੀ ਹਾਂ। ਅਦਰਕ ਛਿਲਣ ਲੱਗੀ ਹਾਂ, ਫਿਰ ਮੈਂ ਹੁਣ ਲੱਗੀ ਗ੍ਰੈਂਡ ਕਰਨ। ਹਰਿਆਣ ਨੂੰ ਦੇ ਦੋਗੇ? ਵਜ਼ੂ ਵਜ਼ੂ ਕਰਕੇ ਆਇਆ, ਵਜ਼ੂ ਕਰਕੇ ਆਏ ਤੇ ਉਸ ਅੰਦਰ ਚਲੋ ਜੁੱਤੀਆਂ ਇੱਧਰ ਮੇਰਾ ਪੁੱਤ ਸਾਈਡ ਤੇ ਲਾਵੋ ਮੇਰੇ ਕਾਕੇ। ਭਾਬੀ ਇਹਨਾਂ ਦਿਓ ਸੂਰਜ ਯਾਸੀ ਨਾ ਤੇ ਸਰਾਣੇ ਰੱਖ ਦਿਓ, ਉੱਪਰ ਰੱਖ ਕੇ ਪੜਨ, ਬਾਜੀ ਵੀ ਪੜੇ। ਅੰਮਾ ਜੀ ਤੁਸੀਂ ਲੇਟ ਜਾਓ, ਤੁਸੀਂ ਲੇਟ ਜਾਓ ਅੰਮਾ ਜੀ ਕੋ ਨਾ ਬੈਠ ਕੇ ਪੜਿਆ ਨਹੀਂ ਜਾਂਦਾ, ਬਹੁਤ ਤਬੀਅਤ ਖਰਾਬ ਆ, ਸ਼ਾਮੀ ਲੈ ਕੇ ਜਾਣਾ ਡਾਕਟਰ ਕੋ ਅੰਮਾ ਜੀ ਨੂੰ। ਅੱਲਾ ਤੰਦਰੁਸਤੀ ਜ਼ਿੰਦਗੀ ਦੇਵੇ। ਹੋਰ ਫੀਮ ਕਾਕਾ ਠੀਕ ਠਾਕ ਆ? ਫੀਮ ਕਾਕਾ ਵੱਡੇ ਜਾ ਚੁੱਕਾ, ਅੱਜ ਮਿਲਾ ਦਾ, ਅਸੀਂ ਸਾਰੀ ਫੈਮਿਲੀ ਫਿਰ ਇਕੱਠੀ ਹੋਏ ਆ। ਫੀਮ ਦੂਰ ਸਾਡਾ ਜੁੱਤੀ ਲਾਓ, ਉਧਰ ਮੇਰਾ ਕਾਕਾ ਉਧਰ ਲਾਓ। ਇਨਸ਼ਾਅੱਲਾ ਆਪਣਾ ਘਰ ਆ। ਭਾਬੀ ਛੁਰੀ ਸਾਡੇ ਕਹਿੰਦੇ ਨਾ ਕੋਈ ਬੱਚਾ ਨਾਮ ਲਵੇ ਨਾ ਤਾਂ ਫਿਰ ਬਰਤਨ ਲੈ ਕੇ ਦਈਦਾ। ਭੀਮ ਸੈਨ ਇੱਕ ਦਾਦੀ ਸਿਰ ਤੇਰਾ ਭਾਂਡਾ ਹੋ ਗਿਆ, ਤੇ ਇੱਕ ਹੋ ਗਿਆ ਚਾਚੂ ਸਿਰ ਅਲੀ ਸਿਰ, ਦੋ ਭਾਂਡੇ ਹੋ ਗਏ। ਹੁਣ ਜਦੋਂ ਫੁੱਫੋ ਕਹੋਗੇ ਫਿਰ ਫੁੱਫੋ ਸਿਰ ਚਾਚੂ ਸੌਖਾ ਵਾ, ਪਾਪਾ ਵੀ ਸੌਖਾ ਵਾ। ਵੈਸੇ ਵੀ ਕਹਿੰਦਾ ਜਿਹੜਾ ਬੱਚਾ ਦਾਦਕਿਆਂ ਦਾ ਨਾਂ ਪਹਿਲੇ ਲਵੇ ਨਾ ਉਹ ਮਤਲਬ ਲੱਭਾ, ਨਾਨਕਿਆਂ ਦਾ ਲਵੇ ਤੇ ਸਖਤੀ ਹੁੰਦੀ, ਦਾਦਕਿਆਂ ਦਾ ਲਵੇ ਤੇ ਭਾਰਾ ਨੀ ਹੁੰਦਾ। ਹਾਂ ਸਾਡੇ ਵੱਡੇ ਵਡੇਰੇ ਕਹਿੰਦੇ ਇਹ ਗੱਲ। ਹਾਂਜੀ ਦਾਦੀ ਫਿਰ ਦਾਦੀ ਦਾਦਕੀ ਆ ਜੀ ਗਿਆ ਨਾ। ਅੱਛਾ ਅੱਛਾ ਪੱਖਾ ਬੰਦ ਕਰ ਦਿੱਤਾ ਵਾ ਇੱਧਰ, ਬਾਜੀ ਹੁਣੀ ਮਿਲਾਦ ਪੜ੍ਹਨਾ ਮਤਲਬ ਸੂਰਜ ਯਾਸੀ ਨਾਲ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ ਵਾ ਕਾਕਿਆਂ ਨੇ। ਔਰ ਲਾਈਟਾਂ ਵੀ ਜਲਾਤੀਆਂ ਬੜੀਆਂ, ਆਹ ਵੀ ਇੱਕ ਬੜੀ ਲਾਈਟ ਆ, ਇਹ ਵੀ ਜਲਾ ਦਿੰਦੀ ਆ ਕਿਉਂਕਿ ਰੋਸ਼ਨੀ ਕੰਮ ਆਏ। ਕਾਹ ਵੀ ਲਾਈਟ ਹੈ ਕਮਰੇ ਦੇ ਵਿੱਚ ਕਿਉਂਕਿ ਅੱਜ ਵੇਲੇ ਦਾ ਕੋਈ ਸਰਫਾ ਨਹੀਂ। ਆਹ ਮੈਨੂੰ ਪਤਾ ਨਾ ਬਾਜੀ ਦੀ ਨਜ਼ਰ ਘੱਟ ਆ, ਮੈਂ ਆਹ ਬੜੀ ਲਾਈਟ ਵੀ ਜਲਾ ਦਿੱਤੀ ਆ।
ਇਹ ਜਿਹੜਾ ਨਾ ਹੋ ਗਿਆ ਵਾ ਜਿਵੇਂ ਹੈਲੋ ਵੀਰੇ ਇਹ ਸਾਰਾ ਕੁਝ ਮਿਕਸ ਹੋ ਗਿਆ ਨਹੀਂ ਲਸਣ ਲੈ ਕੇ ਆਉਣੀ ਆ ਹਾਂ ਲਸਣ ਤਾਂ ਵੱਖਰਾ ਰੱਖਣਾ ਹੈ ਅੱਛਾ ਜੀ ਬਾਜੀ ਇੱਥੇ ਕੱਟ ਰਿਆ ਗਿਰੀ ਹਾਂ ਦੇ ਗਿਰ ਇਹ ਮਿੱਠੀ ਦੇ ਦੇ ਮਿੱਠੀ ਦੇ ਕੱਟ ਕੱਟ ਕਰਾਰਾ ਸਲਾਦ ਸਾਲਣ ਬਣਾਈ ਵੀਰੇ ਕਰਾਰਾ ਕਰਾਰਾ ਬਣੇਗਾ ਇਨਸ਼ਾਅੱਲਾ ਕਰਾਰਾ ਬਣਾਈ ਇਹ ਵਾਲਾ ਜੱਗ ਹੀ ਪਕੜਾ ਦੇਣਾ ਇਹ ਲਸਣ ਇਕੱਲਾ ਇਹ ਭਾਜੀ ਨੇ ਨਾ ਬਾਈ ਨੇ ਭੁੰਨ ਕੇ ਪਾਉਣਾ ਵਾ ਫੀਮ ਸੈਨ ਦੀ ਨਾਨੀ ਆ ਗਈ ਆ ਪਾਣੀ ਦਿੱਤਾ ਫੀਮ ਸੈਨ ਦੀ ਨਾਨੀ ਅਮੀ ਨੂੰ ਔਰ ਸੀ ਲੈ ਜ਼ਬਰਦਸਤ ਭਾਬੀ ਛਾਪਰਾਂ ਚੋਂ ਕੱਢ ਕੇ ਰੱਖ ਲਈਏ ਨਹੀਂ ਆ ਬਹੁਤ ਇੰਨੇ ਤਾਂ ਆਪਾਂ ਘਰ ਜੀ ਨੀ ਹੈਗੇ ਘਰ ਤੇ ਹਾਂ ਵੈਸੇ ਬਾਜੀ ਮਿਲਾਦਾ ਹੀ ਨੀ ਆਉਣਾ ਨਾ ਐ ਵੀ ਕੱਢ ਕੇ ਛਾਪਰਾਂ ਚ ਰੱਖਦੇ ਆ ਇਹ ਬਰਤਨ ਭਾਬੀ ਨੇ ਸਾਰੇ ਜਿਹੜਾ ਨਾ ਧੋ ਸਵਾਰ ਕੇ ਛਾਪਰਾਂ ਚ ਪਾ ਕੇ ਰੱਖੇ ਕਿ ਇਹਨਾਂ ਤੇ ਘਟਾ ਨਾ ਪਵੇ ਹਾਂਜੀ ਹਾਂਜੀ ਥੋੜੀਆਂ ਜਦੋਂ ਵੀ ਲਿਆਉਣੇ ਹਾਂ ਕੁਛ ਭਾਬੀ ਨੇ ਕੱਢਾ ਛਾਬੀਆਂ ਹੁਣ ਲਈਆਂ ਭਾਬੀ ਹਾਂ ਤਿੰਨ ਛੇ ਹਾਂਜੀ ਇਹ ਮਿਲਾ ਇਹ ਮੁੱਲ ਉੱਥੋਂ ਆਉਂਦੇ ਆ ਰੈਂਟ ਦੇ ਘਰ ਦੇ ਅੱਛਾ 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 ਜ਼ਬਰਦਸਤ ਹੋ ਗਿਆ ਰੋਟੀਆਂ ਤੇ ਹੋਟਲ ਤੋਂ ਲਵਾਉਣੀਆਂ ਹਨ ਸਹੀ ਹੋਰ ਭਾਬੀ ਹੁਣ ਕੋਈ ਕੰਮ ਤੁਸੀਂ ਕੱਪੜੇ ਚੇਂਜ ਕਰ ਲਓ ਤੇ ਕੋਈ ਅਗਰ ਅੱਛਾ 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 ਨਹੀਂ ਹਲੇ ਨਹੀਂ ਆਉਂਦੇ ਹੁਣ ਜੇ ਤੁਸੀਂ ਟਾਈਮ ਹੋ ਗਿਆ ਵਾ ਟਾਈਮ 9:20 ਅੱਛਾ ਸਹੀ ਹੋ ਗਿਆ ਮੈਂ ਕਿਹਾ ਤੁਸੀਂ ਬਦਲ ਲੋ ਕੇ ਪਰਾਉਣਾ ਆਇਆ ਤਾਂ ਚਾਹ ਪਾਣੀ ਮੈਂ ਪਿਲਾ ਦੂੰਗੀ ਧੋ ਗਿਆ ਗੋਸ਼ਤ ਤੇ ਹੈ ਨਾ ਚਲੋ ਠੀਕ ਇਹ ਸਾਲਨ ਦੇ ਵੀਰੇ ਬਣ ਰਹੇ ਆ ਚਾਵਲਾਂ ਦਮ ਦਿੱਤਾ ਵੀਰੇ ਕਿੰਨੇ ਮਿੰਟ ਦੇਣਾ ਇੱਕ ਘੰਟਾ ਮਿੱਠਿਆਂ ਨੂੰ ਇੱਕ ਘੰਟਾ ਚਾਹੀਦਾ ਵਾ ਕੋਲੀਆਂ ਤੇ ਨਾ ਇੱਕ ਘੰਟਾ ਦਮ ਦੇਣਾ ਮਿੱਠੇ ਚਾਵਲ ਲਓ ਅਮਾ ਜੀ ਹੁਣ ਬੈਠ ਜਾਓ ਹੁਣ ਚਲਾ ਲਓ ਭਾਜੀ ਮੱਠਾ 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 ਪੱਕ ਅੱਛਾ ਜੀ ਭਾਬੀ ਨੇ ਮਾਸ਼ਾਅੱਲਾ ਕੱਪੜੇ ਚੇਂਜ ਕਰ ਲਏ ਮਾਸ਼ਾਅੱਲਾ ਨਵੀਂ ਉਹ ਵੀ ਸੁਭਾ ਚੇਂਜ ਕੀਤੇ ਸਨ ਨਹੀਂ ਉਹ ਪੁਰਾਣੇ ਸੀ ਘਰ ਵਾਲੇ ਇਹ ਹੁਣ ਇਹ ਨਵਾਂ ਸੂਟ ਆ ਚਲੋ ਜੀ ਭਾਜੀ ਗੋਸ਼ਤ ਲੈ ਕੇ ਜਾ ਰਹੇ ਕਰੋ ਮੈਸੇਜ ਅਲੀ ਨੂੰ ਕਰੋ ਕਿ ਆ ਜਾਓ ਕਹਿੰਦੇ ਬੀਬੀਆਂ ਦਾ ਮਿਲਾ ਦੱਸ ਕੀ ਕਰਨਾ ਜਾ ਕੇ ਹਾਂਜੀ ਸੌਂਗੀ ਸਾਫ ਕਰਨੇ ਵਾਲੀ ਆ ਮੈਂ ਕਰ ਲੈਂਦੀ ਕੱਲੀ ਕਰ ਲੈਣੀ ਭਾਬੀ ਜਿਹੜਾ ਕੰਮ ਕਰਨਾ ਕਰ ਲੈ ਅੱਛਾ ਜੀ ਮੈਂ ਜਿਹੜਾ ਨਾ ਲੱਗੀ ਹਾਂ ਸੌਂਗੀ ਚੁਗਣ ਪਹਿਲੇ ਨੂੰ ਛੱਟਦੀਆਂ ਛੱਟ ਕੇ ਫਿਰ ਇਹਦੇ ਐਵੇਂ ਦੇ ਜਿਹੜੇ ਹੈਗੇ ਨਾ ਇਸ ਤਰ੍ਹਾਂ ਦੇ ਇਹ ਮੈਂ ਉਤਾਰ ਦਿੰਦੀ ਹਾਂ ਇਹ ਜਿਹੜੇ ਇਸ ਤਰ੍ਹਾਂ ਦੇ ਤੁਸੀਂ ਬਾਜੀ ਨੂੰ ਪਾਣੀ ਪਿਲਾ ਦੋ ਮੈਂ ਜਿਹੜਾ ਨਾ ਸੌਂਗੀ ਚੁਗ ਦਵਾਂ
ਭਾਬੀ ਰੁਪਈਆ ਆਈ ਆ, ਕੰਮ ਸ਼ਾਮ ਕਰਕੇ ਪਤਾ ਨਿੱਕੇ ਨਿਆਣੇ ਘਰ ਹੁੰਦਾ ਫਿਰ ਟਾਈਮ ਲੱਗ ਜਾਂਦਾ ਭਾਬੀ ਇਹਨਾਂ ਨੇ ਤਾਂ ਚਲੇ ਸੂਟਾਂ ਪੁਰਾਣੇ, ਮੈਂ ਬਾਜੀ ਨਾਲ ਕੰਮ ਕਰਾਉਣਾ ਵਾ, ਮੈਂ ਫਿਰ ਮਿਲਾਦ ਵਾਲੇ ਬਾਜੀ ਦੇ ਨਾਲ ਫਿਰ ਜਿਹੜਾ ਨਾ ਕਰੂੰਗੀ, ਕਿਉਂਕਿ ਭਾਬੀ ਇਕੱਲੀ ਤਾਂ ਨਹੀਂ ਨਾ ਕਰ ਸਕਦੇ। ਮਹਿਮਾਨ ਆ ਗਿਆ, ਮਿਲਾਦ ਵਾਲੀ ਬਾਜੀ ਵੀ ਆ ਗਈ ਆ ਅਤੇ ਪਾਣੀ ਸ਼ਾਣੀ ਪਿਲਾਇਆ, ਫਿਰ ਮਿਲਾਦ ਸ਼ੁਰੂ ਕਰਦੇ ਹੈ। ਸੌਂਗੀ ਵੀ ਚੁੱਕ ਕੇ ਦੇ ਦਿੱਤੀ ਆ, ਐਮ ਰੱਬੇ ਭਾਈ ਫਿਰ ਆਪਣਾ ਜਦੋਂ ਦਮ ਪੁੱਟਿਆ ਫਿਰ ਪੱਟ ਲੈਣਗੇ। ਹਾਂਜੀ ਥੋੜ੍ਹੀ ਦੇਰ ਨਾ ਉੱਠ ਕੇ ਮਿਲਾਦ ਪਿਆ ਜੀ ਸੋਫੇ ਦੇ, ਨਹੀਂ ਮਿਲਾਦ ਸ਼ੁਰੂ ਕਰਨ ਲੱਗੇ ਭਾਜੀ। ਹਾਂ ਸਭ ਤੋਂ ਪਹਿਲੇ ਮਾਂ ਚਲੇ, ਚੁੱਕ ਲੋ ਆਪਣਾ ਜੁੱਲੀ ਬਿਸਤਰਾ, ਆ ਜਾਓ ਉੱਧਰ ਆ ਜਾਓ, ਉੱਠ ਜੁੱਤੀ ਲੈਣ ਦਿਓ, ਜੁੱਤੀ ਤੋਂ ਕੀ ਕਰਨੀ, ਜੁੱਤੀ ਰਹਿਣ ਦਿਓ। ਬਾਹਰ ਚਲੇ ਗਏ ਅਲੀ ਤੇ ਬਾਈ ਪਿਆਰ ਸ਼ਹਿਰ ਗਏ, ਥੋੜਾ ਜਿਹਾ ਕੰਮ ਸੀ ਬਾਈ ਪਿਆਰ ਤੋਂ ਆਪਣੇ ਮਿਸਤਰੀਆਂ ਦੇ ਬਾਰੇ, ਤੇ ਹੁਣ ਜਿਹੜਾ ਵਲੌਗ ਐਂਡ ਕਰ ਦਿੰਦੀ ਹਾਂ, ਨੈਕਸਟ ਵਲੌਗ ਇੱਕ ਵਲੌਗ ਮੇਰੇ ਚੈਨਲ 'ਤੇ ਅਪਲੋਡ ਹੋਏਗਾ, ਇੱਕ ਅਲੀ ਦੇ ਵਲੌਗ ਦਾ। ਰੱਬ ਸੁਣਨ ਦੇ ਹਵਾਲੇ, ਰੱਬ ਰਾਖਾ, ਅੱਲਾ ਹਾਫਿਜ਼।